ਹੁਣ 2019 ਨੂੰ ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਵੱਡੀ ਸਖਤੀ ਕੀਤੀ ਗਈ ਹੈ। ਪੰਜਾਬ ਦੇ ਵਿੱਚ ਜਿਹੜੇ ਠੇਕੇ ਹੈਗੇ ਨੇ 2 ਦਿਨ ਦੇ ਲਈ ਬੰਦ ਕਰ ਦਿੱਤੇ ਗਏ ਨੇ, ਜਿਸ ਕਰਕੇ ਸ਼ਰਾਬ ਪੀਣ ਵਾਲੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਨਮੋਸ਼ੀ ਹੈ ਉਹ ਦੇਖਣ ਨੂੰ ਮਿਲ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਠੇਕੇਦਾਰਾਂ ਵੱਲੋਂ ਵੀ ਲਿਖ ਕੇ ਲਗਾਇਆ ਗਿਆ ਹੈ ਕਿ ਜ਼ਰੂਰੀ ਸੂਚਨਾ, ਸ਼ਰਾਬ ਅੱਜ ਹੀ ਖਰੀਦੋ, 17/5/2019 ਨੂੰ ਸ਼ਾਮ 5 ਵਜੇ ਤੋਂ 19/5/2019 ਸ਼ਾਮ 6 ਵਜੇ ਤੱਕ ਪੰਜਾਬ ਦੇ ਸਾਰੇ ਠੇਕੇ ਬੰਦ ਰਹਿਣਗੇ। ਸੋ ਜਿਹੜੇ ਠੇਕੇ ਹੈਗੇ ਨੇ, ਠੇਕੇਦਾਰਾਂ ਨੇ ਆਪਣੀ ਜਿਹੜੀ ਸੂਝਬੂਝ ਦਾ ਇਸਤੇਮਾਲ ਕਰਦੇ ਹੋਏ ਔਰ ਜੋ ਵੀ ਚੋਣ ਕਮਿਸ਼ਨ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸੀ ਉਸਦਾ ਪਾਲਣ ਕਰਦੇ ਹੋਏ ਅੱਜ 5 ਵਜੇ ਹੀ ਠੇਕੇ ਬੰਦ ਕਰ ਦਿੱਤੇ ਨੇ, ਤਾਂ ਕਿਤੇ ਨਾ ਕਿਤੇ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਹੈਗੇ ਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਾ ਹੋਣ ਦੇ ਚੱਲਦੇ ਉਹਨਾਂ ਨੂੰ ਕਾਫੀ ਜਿਹੜੀ ਨਮੋਸ਼ੀ ਹੈਗੀ ਉਹ ਚੱਲਣੀ ਪੈ ਰਹੀ ਹੈ। ਲੋਕ ਆ ਰਹੇ ਨੇ ਸ਼ਰਾਬ ਲੈਣ ਦੇ ਲਈ, ਲੇਕਿਨ ਬੰਦ ਠੇਕੇ ਦੇਖ ਕੇ ਉਹਨਾਂ ਦੇ ਜਿਹੜੇ ਚਿਹਰੇ ਹੈਗੇ ਨੇ ਮੁਰਝਾਉਂਦੇ ਹੋਏ ਨਜ਼ਰ ਆ ਰਹੇ ਨੇ। ਸੋ ਕਿਤੇ ਨਾ ਕਿਤੇ ਸ਼ਰਾਬ ਦੇ ਉੱਤੇ ਪਾਬੰਦੀ ਜਿਹੜੀ ਲਗਾਈ ਗਈ ਆ ਉਸ ਕਰਕੇ ਲਗਾਈ ਗਈ ਹੈ ਕਿ ਜਿਹੜੇ ਸ਼ਰਾਬ ਪੀ ਕੇ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਮਾਹੌਲ ਹੈਗਾ ਜਿਹੜਾ ਉਹ ਖਰਾਬ ਨਾ ਹੋ ਸਕੇ। ਬੇਸ਼ੱਕ ਅਕਸਰ ਇਲਜ਼ਾਮ ਲੱਗਦੇ ਆਏ ਹੈਗੇ ਆ ਕਿ ਚੋਣਾਂ ਦੇ ਵਿੱਚ ਸ਼ਰਾਬ ਵੰਡੀ ਜਾਂਦੀ ਆ, ਵੱਡੇ ਪੱਧਰ 'ਤੇ ਵੰਡੀ ਜਾਂਦੀ ਆ, ਲੇਕਿਨ ਸਰਕਾਰ ਵੱਲੋਂ ਠੇਕੇ ਬੰਦ ਕੀਤੇ ਗਏ ਨੇ। ਦੇਖਣਾ ਇਹ ਹੋਵੇਗਾ ਕਿ ਠੇਕੇ ਤਾਂ ਬੰਦ ਕਰ ਦਿੱਤੇ ਗਏ ਨੇ ਕਿ ਜਿਹੜੀ ਸ਼ਰਾਬ ਹੈਗੀ ਆ ਉਹ ਬੰਦ ਕੀਤੀ ਜਾ ਸਕੀ ਹੈ ਜਾਂ ਫਿਰ ਨਹੀਂ, ਜਾਂ ਫਿਰ ਕਿਸ ਤਰ੍ਹਾਂ ਦੇ ਨਾਲ ਜਿਹੜੇ ਸ਼ਰਾਬ ਪੀਣ ਵਾਲੇ ਲੋਕ ਹੈਗੇ ਨੇ ਆਪਣੀ ਸ਼ਰਾਬ ਦਾ ਇੰਤਜ਼ਾਮ ਇਹਨਾਂ ਲੋਕਾਂ ਕੋਲੋਂ ਕਰਦੇ ਨੇ ਜੋ ਕਿ ਚੋਣ ਲੜ ਰਹੇ ਨੇ। ਵੱਡਾ ਸਵਾਲ ਹੈਗਾ ਕਿ ਆਖਿਰ ਜਿਹੜੀ ਇਹ ਸ਼ਰਾਬ ਹੈਗੀ ਹੈ ਕਿਸ ਤਰ੍ਹਾਂ ਦੇ ਨਾਲ ਲੋਕਾਂ ਕੋਲ ਪਹੁੰਚ ਗਈ। ਬਹਰਹਾਲ ਤੁਹਾਨੂੰ ਦੱਸ ਦਈਏ ਜਿਹੜੇ ਸ਼ਰਾਬੀ ਲੋਕ ਹੈਗੇ ਨੇ ਉਹਨਾਂ ਦੇ ਚਿਹਰੇ ਜ਼ਰੂਰ ਮੁਰਝਾਏ ਹੋਏ ਨਜ਼ਰ ਆ ਰਹੇ ਨੇ। ਪਟਿਆਲਾ ਤੋਂ ਕੈਮਰਾਮੈਨ ਅਜੇ ਦੇ ਨਾਲ ਅਵਤਾਰ ਗਿੱਲ, ਦੈਨਿਕ ਸਵੇਰਾ।